Hello everyone, welcome to Victor's Knowledge. This is Chinu Sharma and today I'm going to discuss with you a very, very important topic, that is important space missions in news. ते जेड़ा ए टॉपिक है आम तौर पे देखने को मिलया कि स्टूडेंट्स नु बार बार जेड़ी दिक्कत आंदी है किसी भी एग्जाम दे विच वो इसे टॉपिक चो आंदी है क्योंकि स्टूडेंट्स की करदे ने ਉਹ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਜਿਹੜਾ ਟੈਕਨੋਲੋਜੀ ਪੋਰਸ਼ਨ ਹੈ ਉਹਨੂੰ ਮਿਸ ਕਰ ਦਿੰਦੇ ਨੇ ਤੇ ਉਹਦੇ ਵਿੱਚੋਂ ਹੀ ਐਗਜ਼ਾਮ ਵਿੱਚ 2 ਤੋਂ 3 ਕੁਐਸਚਨ ਦੇਖਣ ਨੂੰ ਮਿਲਦੇ ਨੇ ਜੋ ਮੈਰਿਟ ਵਿੱਚ ਆਉਣ ਲਈ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਜ਼ਰੂਰੀ ਮਾਰਕਸ ਹੋਣਗੇ ਸੋ ਅੱਜ ਇਸ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਇੰਪੋਰਟੈਂਟ ਸਪੇਸ ਮਿਸ਼ਨਸ ਦੈਨ ਕੁਝ ਮੇਜਰ ਇਸਰੋ ਦੀਆਂ ਅਚੀਵਮੈਂਟਸ ਡਿਸਕਸ ਕਰੂੰਗੀ 2021 ਦੀਆਂ ਉਹਨਾਂ ਦੇ ਫਿਊਚਰ ਹੋਰ ਕੀ ਕੀ ਪ੍ਰੋਜੈਕਟਸ ਨੇ ਨਾਲ ਹੀ ਆਪਾਂ ਡਿਸਕਸ ਕਰਾਂਗੇ ਸਪੇਸ ਰਿਸਰਚ ਸੈਂਟਰਸ ਇਨ ਇੰਡੀਆ ਦੀ ਲਿਸਟ ਕਿੱਥੇ ਕਿੱਥੇ ਭਾਰਤ ਦੇ ਵਿੱਚ ਸਪੇਸ ਰਿਸਰਚ ਸੈਂਟਰ ਨੇ ਬਹੁਤ ਵਾਰੀ ਸਟੈਟਿਕ ਜੀਕੇ ਦੇ ਅੰਦਰ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਡਾਇਰੈਕਟਲੀ ਸਪੇਸ ਰਿਸਰਚ ਸੈਂਟਰ ਦਾ ਨਾਮ ਲਿਖ ਕੇ ਕਿ ਉਹ ਕਿਹੜੀ ਜਗ੍ਹਾ ਦੇ ਉੱਤੇ ਹੈ ਸੋ ਇਹ ਕੁਝ 3-4 ਇੰਪੋਰਟੈਂਟ ਟੌਪਿਕਸ ਨੇ ਜਿਹੜੇ ਅੱਜ ਮੈਂ ਤੁਹਾਡੇ ਨਾਲ ਇਸ ਲੈਕਚਰ ਵਿੱਚ ਕਵਰ ਕਰਨ ਜਾ ਰਹੀ ਹਾਂ And I would request all, especially for those students who are preparing for upcoming NAIP Tehsildar exam, please do watch this lecture, prepare notes from it, or you can avail free PDF from my Telegram channel. And also, please do revise it. Revision bahut hi zyada zaruri hai kise bhi exam nu crack karan de liye. ਸੋ ਸਭ ਤੋਂ ਪਹਿਲਾ ਇੰਪੋਰਟੈਂਟ ਸਪੇਸ ਮਿਸ਼ਨ ਹੈ ਐਗਜ਼ਾਮ ਦੇ ਲਈ ਚੰਦਰਯਾਨ ਸੋ ਮਿਸ਼ਨ ਦਾ ਨਾਮ ਚੰਦਰਯਾਨ 2 ਏਜੰਸੀ ਇਸਰੋ ਤੇ ਇਹਨੂੰ ਲਾਂਚ ਕਿਹਦੇ ਦੁਆਰਾ ਕੀਤਾ ਗਿਆ ਲਾਂਚਰ ਕਿਹੜਾ ਸੀ ਕਈ ਵਾਰ ਐਗਜ਼ਾਮ 'ਚ ਦੇਖਣ ਨੂੰ ਮਿਲਿਆ ਕਿ ਡਾਇਰੈਕਟਲੀ ਸਿੱਧਾ ਲਾਂਚਰ ਦਾ ਕੁਐਸਚਨ ਉੱਥੇ ਆ ਜਾਂਦਾ ਹੈ ਸੋ ਤੁਸੀਂ ਉੱਥੇ ਇਹਦੇ ਜਿਹੜੇ ਮੇਨ ਨੰਬਰ ਹੈ ਫਰਸਟ ਸੈਕਿੰਡ ਥਰਡ ਇਹ ਜ਼ਰੂਰ ਧਿਆਨ ਦੇ ਨਾਲ ਯਾਦ ਕਰਕੇ ਜਾਣਾ ਹੈ ਸੋ ਜਿਹੜਾ ਚੰਦਰਯਾਨ 2 ਹੈ ਇਹਦਾ ਲਾਂਚਰ ਹੈ GSLV-MK3 ਔਰ ਆਬਜੈਕਟਿਵ ਕੀ ਹੈ ਕਿਹੜੀ ਮੇਨ ਕਾਰਨ ਕਰਕੇ ਕਿਹੜੇ ਮੇਨ ਪਰਪਸ ਮਿਸ਼ਨ ਉੱਤੇ ਚੰਦਰਯਾਨ ਨੂੰ ਲਾਂਚ ਕੀਤਾ ਜਾ ਰਿਹਾ ਹੈ ਸੋ ਏਮ ਹੈ ਡਿਵੈਲਪ ਕਰਨੀ ਤੇ ਡਿਮੋਨਸਟ੍ਰੇਟ ਕਰਨੀ ਮੇਨ ਟੈਕਨੋਲੋਜੀ ਲੂਨਰ ਮਿਸ਼ਨ ਕੈਪੇਬਿਲਿਟੀ ਦੀ ਜਿਹਦੇ ਵਿੱਚ ਸੌਫਟ ਲੈਂਡਿੰਗ ਤੇ ਰੋਵਿੰਗ ਲੂਨਰ ਸਰਫੇਸ ਉੱਤੇ ਦੋਨੋਂ ਇਨਕਲੂਡਿਡ ਨੇ ਸੋ ਇਹ ਹੈ ਆਬਜੈਕਟਿਵ ਚੰਦਰਯਾਨ 2 ਦਾ ਇਹਨੂੰ ਲਾਂਚ ਕਦੋਂ ਕੀਤਾ ਗਿਆ ਸਾਲ 2019 ਸਤੰਬਰ ਸੋ ਕੁਝ ਇੰਪੋਰਟੈਂਟ ਫਾਈਂਡਿੰਗਸ ਨੇ ਇਹ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਐਗਜ਼ਾਮ ਵਿੱਚ ਸਪੈਸ਼ਲੀ ਪੀਪੀਐਸਸੀ ਦੇ ਐਗਜ਼ਾਮਸ ਦਾ ਇੱਕ ਪੈਟਰਨ ਹੈ ਰੀਸੈਂਟ ਕਿ ਉੱਥੇ ਸਟੇਟਮੈਂਟ ਬੇਸਡ ਕੁਐਸਚਨ ਆਉਂਦੇ ਨੇ ਸੋ ਮੈਂ ਬਾਰ-ਬਾਰ ਰਿਪੀਟ ਕਰਦੀ ਹਾਂ ਕਿ ਤੁਸੀਂ ਸਿਰਫ ਐਮਸੀਕਿਊ ਤੱਕ ਨਾ ਰਹੋ ਆਪਣੇ ਆਪ ਨੂੰ ਜ਼ਿਆਦਾ ਡੀਟੇਲ ਥਿਊਰੀ ਦੇ ਨਾਲ ਤਿਆਰ ਕਰਕੇ ਜਾਓ ਸੋ ਦੈਟ ਉੱਥੇ ਤੁਸੀਂ ਸਟੇਟਮੈਂਟ ਬੇਸਡ ਕੁਐਸਚਨਸ ਦੇ ਲਈ ਚੰਗੀ ਤਰ੍ਹਾਂ ਪ੍ਰਿਪੇਅਰ ਰਹੋ ਸੋ ਫਾਈਂਡਿੰਗਸ ਕੀ ਨੇ ਚੰਦਰਯਾਨ 2 ਹੋਵਰਿੰਗ ਓਵਰ ਮੂਨ ਹੈਜ਼ ਫਾਊਂਡ ਨਿਊ ਡਿਵੈਲਪਮੈਂਟਸ ਔਨ ਦ ਨਾਰਥ ਆਊਟਰਮੋਸਟ ਲੇਅਰ ਆਫ ਦ ਬ੍ਰਾਈਟ ਸਾਈਡ ਕਾਲਡ ਕੋਰੋਨਾ ਥੀਸ ਇਨਕਲੂਡ ਅਬੰਡੈਂਸ ਆਫ ਮੈਗਨੀਸ਼ੀਅਮ ਐਲੂਮੀਨੀਅਮ ਸਿਲੀਕਨ ਸੋ ਜਿਹੜਾ ਸੋਲਰ ਕੋਰੋਨਾ ਹੈ ਉਹਦੇ ਵਿੱਚ ਕੁਝ ਚੀਜ਼ਾਂ ਮਿਲੀਆਂ ਨੇ ਕੁਝ ਡਿਵੈਲਪਮੈਂਟਸ ਨਵੀਆਂ ਹੋਈਆਂ ਨੇ ਕੁਝ ਨਵੀਆਂ ਚੀਜ਼ਾਂ ਦੀ ਉੱਥੇ ਡਿਵੈਲਪਮੈਂਟ ਖੋਜ ਕੀਤੀ ਗਈ ਹੈ ਸੋ ਉਹਨਾਂ ਵਿੱਚੋਂ ਕੁਝ ਚੀਜ਼ਾਂ ਨੇ ਮੈਗਨੀਸ਼ੀਅਮ ਐਲੂਮੀਨੀਅਮ ਤੇ ਸਿਲੀਕਨ ਦਾ ਪਾਇਆ ਜਾਣਾ ਸੋਲਰ ਕੋਰੋਨਾ ਦੇ ਅੰਦਰ ਅਰਾਊਂਡ 100 ਮਾਈਕਰੋਫਲੇਅਰ ਦੇਖੇ ਗਏ ਜਿਨ੍ਹਾਂ ਨੇ ਜਿਹੜੀ ਕੋਰੋਨਲ ਮਾਸ ਹੀਟਿੰਗ ਹੈ ਉਹਨੂੰ ਇੱਕ ਨਵੀਂ ਇੱਕ ਦਿਸ਼ਾ ਦਿੱਤੀ ਨਵੀਂ ਇਨਸਾਈਟ ਦਿੱਤੀ ਨਵੀਆਂ ਡਿਸਕਵਰੀਜ਼ ਨਿਕਲ ਕੇ ਆਈਆਂ ਸੋ ਮੇਨ ਚੰਦਰਯਾਨ 2 ਤੋਂ ਹਜੇ ਤੱਕ 3 ਚੀਜ਼ਾਂ ਮਿਲੀਆਂ ਨੇ ਇਹ 3 ਫਾਈਂਡਿੰਗਸ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਲਾਂਚਰ ਕੀ ਰਿਹਾ ਏਜੰਸੀ ਕਿਹੜੀ ਹੈ ਮੇਨ ਆਬਜੈਕਟਿਵ ਜਿਹਦੇ ਕਰਕੇ ਭੇਜਿਆ ਗਿਆ ਲੂਨਰ ਮਿਸ਼ਨ ਲਾਂਚ ਦਾ ਈਅਰ ਤੇ ਮੰਥ ਇਹ ਸਾਰੀਆਂ ਜਿਹੜੀਆਂ ਇੰਪੋਰਟੈਂਟ ਮੈਂ ਉਹਦੇ ਡੀਟੇਲਸ ਮੈਂਸ਼ਨ ਕੀਤੀਆਂ ਨੇ ਇਹਨਾਂ ਨੂੰ ਤੁਸੀਂ ਪੜ੍ਹਨਾ ਤੇ ਦੁਬਾਰਾ ਰਿਵਾਈਜ਼ ਜ਼ਰੂਰ ਕਰਕੇ ਜਾਣਾ ਸੋ ਇਹ ਸਾਰੀਆਂ ਹੋਰ ਫੈਕਟਸ ਨੇ ਇਹਨਾਂ ਤੁਸੀਂ ਪੜ੍ਹ ਸਕਦੇ ਹੋ ਮੇਨ ਲਾਂਚ ਡੇਟ ਹੈ 22 ਜੁਲਾਈ 2019 ਪਰ ਜਿਹੜਾ ਆਰਬਿਟਰ ਸੀ ਉਹਨੂੰ ਇੰਜੈਕਟ ਕੀਤਾ ਗਿਆ ਸੀ ਸਤੰਬਰ 2019 ਸੋ ਇਹ ਦੋ ਜਿਹੜੀਆਂ ਅਲੱਗ-ਅਲੱਗ ਤੁਹਾਨੂੰ ਐਗਜ਼ਾਮ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਡੇਟ ਪੁੱਛੀ ਜਾ ਸਕਦੀ ਹੈ ਤੁਹਾਨੂੰ ਦੋਨਾਂ ਡਿਫਰੈਂਸ ਪਤਾ ਹੋਣਾ ਚਾਹੀਦਾ ਸੋ ਇਹ ਦੋਨੋਂ ਤੁਹਾਨੂੰ ਅਲੱਗ-ਅਲੱਗ ਪਤਾ ਹੋਣੇ ਚਾਹੀਦੇ ਨੇ ਕਿ ਆਰਬਿਟਰ ਕਦੋਂ ਇੰਜੈਕਟ ਕੀਤਾ ਗਿਆ ਤੇ ਮੇਨ ਲਾਂਚ ਡੇਟ ਕੀ ਹੈ ਬਾਕੀ ਇਹ 6 ਜਿਹੜੇ ਇੰਪੋਰਟੈਂਟ ਫੈਕਟਸ ਨੇ ਇਹ ਤੁਸੀਂ ਦੇਖ ਸਕਦੇ ਹੋ ਚੰਦਰਯਾਨ ਦਾ ਮਤਲਬ ਕੀ ਹੈ ਮੂਨ ਕ੍ਰਾਫਟ ਇੰਡੀਆ ਦਾ ਦੂਜਾ ਲੂਨਰ ਐਕਸਪਲੋਰੇਸ਼ਨ ਮਿਸ਼ਨ ਹੈ ਪਹਿਲਾ ਸੀ ਚੰਦਰਯਾਨ 1 ਸੋ ਇਹ ਬਾਕੀ ਫੈਕਟਸ ਵੀ ਤੁਸੀਂ ਰੀਡ ਕਰ ਸਕਦੇ ਹੋ ਨੈਕਸਟ ਹੈ ਚੰਦਰਯਾਨ 2 ਤੋਂ ਬਾਅਦ ਗਗਨਯਾਨ
गगनयान भरे क्वेश्चन एग्जाम च आना सब तो ज्यादा मोस्ट एक्सपेक्टेड कह सकते आपां, क्योंकि काफी समय तो न्यूज़ विच है ते इहदी लॉन्चिंग ईयर ही साल 2022 है, इसलिए भी एग्जाम दे लई बहुत जरूरी हो जाता है तैयार करके जाना। सो गगनयान रॉकेट इसरो जीएसएलवी MK3 सेम जेड़े द्वारा जेड़ा लॉन्चर चंद्रयान 2 दा सी ओही लॉन्चर गगनयान दा, ए भी इंपॉर्टेंट फैक्ट्स तुसी याद रखने हैं। ऑब्जेक्टिव की है गगनयान दा, एदे अंदर क्रू होगा 3 जाणियां दा, लो अर्थ ऑर्बिट विच भेजा जाऊगा ते कुछ एक्टिविटीज उते परफॉर्म करनगे जो उहनां दे प्री डिफाइंड डेस्टिनेशन है, दोबारा धरती उत्ते ओह सारी स्पेस दे अंदर रिसर्च करन तों बाद वापिस आउणगे। देन कम्स परसिवरेंस रोवर, वेरी वेरी इंपॉर्टेंट, एदी एजेंसी है नासा। पहले दो चंद्रयान दो ते गगनयान दी एजेंसी सी इसरो, ए हुण आ गई नासा। लॉन्च डेट 30 जुलाई 2020, लैंड कदों कीता, लैंड कीता साल 2021 विच 18 फरवरी नू। ड्यूरेशन रही 1 मार्स ईयर जिहड़ी 687 अर्थ डेज दे बराबर है। लैंडिंग साइट जीरो क्रेटर, ऑब्जेक्टिव की सीगा एंशिएंट हैबिटेबिलिटी देखनी, डिमोंस्ट्रेट करनी टेक्नोलॉजी नू फ्यूचर रोबोटिक ते ह्यूमन एक्सप्लोरेशन दे। देन कम्स तियानवेन वन, वेरी वेरी इंपॉर्टेंट, ए भी काफी ज्यादा करंट अफेयर विच रह रही है। एदी एजेंसी है चाइना नेशनल स्पेस एडमिनिस्ट्रेशन CNSA, वेरी वेरी इंपॉर्टेंट टू रिमेंबर। लॉन्च डेट इज जुलाई 2020, लैंड कीता इन्हें, टच कीता सी इहदे लैंडर ने यूटोपिया प्लैनेटिया नू ते रोवर ने जुरोंग। ए अलग अलग जिहड़ियां लैंडिंग साइट्स ने ए भी तुहानू पता होनियां चाहीदियां ने, कई बारी स्टेटमेंट बेस्ड क्वेश्चन विच दो दो तो तीन स्टेटमेंट्स वाला क्वेश्चन बन के आउंदा सैटेलाइट उत्ते, तो इसे तरह दे नाल उत्थे स्टेटमेंट्स नू बायफर्केट कर दिंदे ने, अलग अलग तैयार कर दिंदे ने। सो उत्थे तुहानू पता होना चाहीदा कि नंबर वन तां तुसीं नासा दे नाल इहनू कन्फ्यूज नहीं करना। आम तौर ते की है कि ज्यादातर जिहड़ियां मेन इंडिया तो बाहर दे कोई मिशन्स ने उहनां नू नासा दे द्वारा ही लॉन्च कीता जांदा है, पर जे कोई एक दो अलग किसी होर स्पेस एडमिनिस्ट्रेशन दे द्वारा लॉन्च कीते जा रहे ने उहनां दा एग्जाम दे विच आउण दा चांस बहुत ही ज्यादा हुंदा है। सो ओह तुहानूं पता होने चाहीदे ने। बाकी इहदा ऑब्जेक्टिव है प्लैनेट दी सॉइल नू देखना, जियोलॉजिकल स्ट्रक्चर, एनवायरमेंट, एटमोसफेयर, वाटर। मिशन विल बी द फर्स्ट टू प्लेस अ ग्राउंड पेनीट्रेटिंग रडार ऑन द मार्शियन सरफेस विच विल एबल टू स्टडी लोकल जियोलॉजी, उत्थों दी पढ़ी जाऊगी एज वेल एज उत्थों दा रॉक किस तरह दे ने, आइस, डर्ट डिस्ट्रीब्यूशन, बेसिकली पूरी मेन जियोलॉजी नू उत्थों दी पढ़न दी बारे पढ़न दे लई इस मिशन नू लॉन्च कीता गया। सो आदित्य L1 मिशन वेरी वेरी इंपॉर्टेंट, ये भारत का पहला ऐसा स्पेस बेस्ड मिशन है, सोलर क्रोनाग्राफ मिशन है, जिहदा मेन मकसद है जिहड़ी सूरज की बाहर वाली आउटर मोस्ट रीजन हुंदा लेयर हुंदी है जिहनूं आपां कोरोना कहने आ, उहदे बारे पढ़ाई करनी। सो इहदा मेन मिशन ही है आउटर मोस्ट रीजन सन दी नूं स्टडी करना। लॉन्च ईयर 2022 लॉन्च कीता गया PSLV दे द्वारा। ऑब्जेक्टिव की है मेजर साइंटिफिक ऑब्जेक्टिव आर टू अचीव फंडामेंटल अंडरस्टैंडिंग ऑफ द फिजिकल प्रोसेस। सूरज इन्ना गर्म क्यों है, सोलर कोरोना दी हीट दा कारण की है, सोलर विंड दे बारे जानकारी, नाल ही प्रोड्यूस करना कोरोनल मास इजेक्शंस, ए तीन मेन फिजिकल प्रोसेसिस दी पढ़ाई बारे, उन्हां दी स्टडी रिसर्च बारे इस मिशन नू लॉन्च कीता गया। सो इस पिक्चर दे नाल तुसी होर सारी डिटेलिंग पढ़ सकते हो, कित्थों लॉन्च कीता गया उरे दस्या होया है श्री हरिकोट। दैन सारा बाकी जिहड़े होर इंपॉर्टेंट फैक्ट्स ने, इहदा किन्ना हैवी क्लास सैटेलाइट है 1500 kg, दैन जिहड़ा अर्थ ते सन दा एक आप विचला पॉइंट है 1.5 मिलियन किलोमीटर दा, उत्थे नू कवर कीता, उत्थे तक पहुंची। बाकी इस मिशन दी टोटल कॉस्ट किन्नी रही, इस सारियां जिहड़ियां होर इंपॉर्टेंट फैक्ट्स ने, होर इंपॉर्टेंट जानकारी है, ओह तुसी इस पिक्चर तो रीड आउट कर सकदे हो। नेक्स्ट है पार्कर सोलर प्रोब, एजेंसी केड़ी है नासा। लॉन्च कीता गया साल 2018, मिशन दा टोटल समय है 7 साल दा, जो प्लैंड ड्यूरेशन है। एम की है, मकसद की है, मेन एम है ट्रेस करनी कि एनर्जी ते जिहड़ी हीट है सन दे कोरोना दी ओह किवें मूव करदी है,
ਆਲਮੋਸਟ ਜਿਹੜਾ ਅਦਿੱਤਿਆ L1 ਮਿਸ਼ਨ ਹੈ ਕਾਫੀ ਹੱਦ ਤੱਕ ਸੇਮ ਉਹੀ ਇਹਦਾ ਵੀ ਮਕਸਦ ਹੈ। ਥੋੜੀ ਬਹੁਤ ਇਹਦੇ ਚ ਕੁਝ ਹੋਰ ਐਡੀਸ਼ਨਲ ਚੇਂਜਸ ਕੀਤੇ ਗਏ ਨੇ। ਇਹਦਾ ਟਾਈਮ ਪੀਰੀਅਡ ਥੋੜਾ ਲੰਬਾ ਹੈ। ਮਿਸ਼ਨ ਇਜ਼ ਲਾਈਕਲੀ ਟੂ ਲਾਸਟ ਫॉर 7 ਇਅਰਸ ਡਿਊਰਿੰਗ ਵਿਚ ਇਟ ਵਿਲ ਕੰਪਲੀਟ 24 ਆਰਬਿਟਸ। ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਨੋਟ ਡਾਊਨ। ਫਾਈਂਡਿੰਗਸ ਕੀ ਨੇ? ਧਰਤੀ ਦੀ ਤਰ੍ਹਾਂ ਜਿਹੜਾ ਵੀਨਸ ਹੈ ਉਹ ਸਪੋਰਟ ਕਰਦਾ ਇੱਕ ਇਲੈਕਟ੍ਰਿਕਲੀ ਚਾਰਜਡ ਗੈਸ ਦੀ ਲੇਅਰ ਅਪਰ ਐਜ ਦੇ ਉੱਤੇ, ਸਭ ਤੋਂ ਬਾਹਰ ਵਾਲੇ ਐਟਮੋਸਫੇਅਰ ਦੇ ਐਜ ਉੱਤੇ, ਜਿਹਦਾ ਨਾਮ ਹੈ ਆਇਨੋਸਫੀਅਰ। ਦਿਸ ਸੀ ਆਫ ਚਾਰਜਡ ਗੈਸਿਸ ਔਰ ਪਲਾਜ਼ਮਾ ਨੈਚੁਰਲੀ ਐਮਿਟਸ ਰੇਡੀਓ ਵੇਵ। ਇਹ ਦੋ ਇੰਪੋਰਟੈਂਟ ਚੀਜ਼ਾਂ ਕਿ ਧਰਤੀ ਦੀ ਤਰ੍ਹਾਂ ਹੋਰ ਵੀਨਸ ਪਲੈਨਟ ਦੇ ਵਿੱਚ ਕੀ ਹੈ, ਇਹ ਦੋ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਫਾਈਂਡਿੰਗਸ ਨੇ ਉਹ ਹਜੇ ਤੱਕ ਇਸ ਮਿਸ਼ਨ ਨੇ ਆਪਾਂ ਨੂੰ ਦੱਸੀਆਂ ਨੇ। ਨੈਕਸਟ ਹੈ ਐਨਵੀਜ਼ਨ ਮਿਸ਼ਨ। ਹਜੇ ਲਾਂਚ ਹੋਣਾ ਹੈ, ਸਾਲ 2030 ਦੇ ਅਰਾਊਂਡ ਮੰਨਿਆ ਜਾ ਰਿਹਾ ਕਿ ਉਹਨੂੰ ਲਾਂਚ ਕੀਤਾ ਜਾਊਗਾ। ਏਜੰਸੀ ਹੈ ਯੂਰੋਪੀਅਨ ਸਪੇਸ ਏਜੰਸੀ। ਆਬਜੈਕਟਿਵ ਕੀ ਹੈ ਇਹਦਾ? ਮੇਨ ਆਬਜੈਕਟਿਵ ਹੈ ਪਲੈਨਟ ਦੇ ਐਟਮੋਸਫੇਅਰ ਨੂੰ ਪੜ੍ਹਨਾ ਅਲੱਗ ਅਲੱਗ ਇੰਸਟਰੂਮੈਂਟਸ ਦੀ ਮਦਦ ਦੇ ਨਾਲ, ਗੈਸਿਸ ਨੂੰ ਵਾਤਾਵਰਣ ਦੇ ਵਿੱਚ ਅਲੱਗ ਅਲੱਗ ਉਹਨਾਂ ਦੀ ਕੰਪੋਜੀਸ਼ਨ ਦੇਖਣੀ, ਹੋਰ ਚੰਗੀ ਤਰ੍ਹਾਂ ਡੀਪ ਅਨਾਲਿਸਿਸ ਕਰਨਾ ਕਿ ਕਿਹੜੀ ਗੈਸ ਕਿੰਨੀ ਮਾਤਰਾ 'ਚ ਮੌਜੂਦ ਹੈ, ਉਹਦਾ ਕੀ ਰੋਲ ਹੈ। ਸੋ ਐਟਮੋਸਫੇਅਰ ਦੇ ਵਿੱਚ ਗੈਸਿਸ ਨੂੰ ਮੋਨੀਟਰ ਕਰਨਾ, ਐਨਾਲਾਈਜ਼ ਕਰਨਾ, ਸੋ ਇਹ ਸਾਰਾ ਮੇਨ ਕੰਮ ਹੈ ਐਨਵੀਜ਼ਨ ਮਿਸ਼ਨ ਦਾ ਤੇ ਲਾਂਚ ਕੀਤਾ ਜਾਊਗਾ। ਇਨ 2020 ਸਾਇੰਟਿਸਟ ਡਿਟੈਕਟਡ ਦ ਪ੍ਰੈਜੈਂਸ ਆਫ ਫੋਸਫਾਈਨ ਇਨ ਦ ਐਟਮੋਸਫੇਅਰ ਆਫ ਵੀਨਸ। ਸੋ ਇਸ ਮਿਸ਼ਨ ਦੇ ਵਿੱਚ ਵੀਨਸ ਪਲੈਨਟ ਦੇ ਬਾਰੇ ਵੀ ਕਿ ਉੱਥੇ ਧਰਤੀ ਦੀ ਤਰ੍ਹਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਕਰਕੇ ਉੱਥੇ ਲਾਈਫ ਪੋਸੀਬਲ ਕਦੇ ਨਾ ਕਦੇ ਹੋ ਸਕਦੀ ਹੈ ਜਾਂ ਫਿਰ ਹੋ ਸਕਦੀ ਹੈ ਜਾਂ ਨਹੀਂ, ਇਸ ਕੁਐਸਚਨ ਨੂੰ ਆਨਸਰ ਕਰਨਾ, ਇਹ ਸਾਰੀਆਂ ਚੀਜ਼ਾਂ ਇਸ ਮਿਸ਼ਨ ਦੇ ਅੰਦਰ ਕਵਰ ਅਪ ਕੀਤੀਆਂ ਜਾਣਗੀਆਂ। ਨੈਕਸਟ ਹੈ ਵਾਈਪਰ। ਵਾਈਪਰ ਮਿਸ਼ਨ ਦੀ ਫੁੱਲ ਫਾਰਮ ਵੀ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹਾਈ ਚਾਂਸਿਸ ਨੇ ਕਿ ਉੱਥੇ ਤੁਹਾਨੂੰ ਫੁੱਲ ਫਾਰਮ ਵੀ ਪੁੱਛੀ ਜਾਵੇ। ਵਾਈਪਰ ਏਜੰਸੀ ਹੈ ਨਾਸਾ। ਫੁੱਲ ਫਾਰਮ ਹੈ ਵੋਲੇਟਾਈਲ ਇਨਵੈਸਟੀਗੇਟਿੰਗ ਪੋਲਰ ਐਕਸਪਲੋਰੇਸ਼ਨ ਰੋਵਰ। ਇੱਕ ਮੋਬਾਈਲ ਰੋਬੋਟ ਹੈ। ਇਹਦਾ ਓਬਜੈਕਟਿਵ ਹੈ ਮੂਨ ਦੇ ਸਾਊਥ ਪੋਲ ਰੀਜਨ ਨੂੰ ਐਕਸਪਲੋਰ ਕਰਨਾ, ਜਿਹਦੇ ਨਾਲ ਲੂਨਰ ਰਿਸੋਰਸ ਮੈਪ ਤਿਆਰ ਕਰਨ ਦੇ ਵਿੱਚ ਮਦਦ ਹੋਵੇ। ਸੋ ਇਹ ਇੰਪੋਰਟੈਂਟ ਮਿਸ਼ਨ ਤੁਸੀਂ ਦੇਖ ਸਕਦੇ ਹੋ। ਇਹਦੇ ਜਿਹੜੇ ਹੋਰ ਫੈਕਟਸ ਨੇ ਯੂ ਕੈਨ ਰੀਡ ਦੈਮ ਆਊਟ। ਨੈਕਸਟ ਹੈ ਕ੍ਰਿਊ 2 ਮਿਸ਼ਨ। ਏਜੰਸੀਜ਼ ਨਾਸਾ। ਮੇਨ ਓਬਜੈਕਟਿਵ ਹੈ ਕਿ ਜਿਹੜਾ ਸਪੇਸ ਤੱਕ ਪਹੁੰਚਣਾ ਉਹਦਾ ਜਿਹੜਾ ਖਰਚਾ ਹੁੰਦਾ ਹੈ, ਕੋਸਟ ਹੈ, ਉਹਨੂੰ ਘਟਾਇਆ ਕਿਵੇਂ ਜਾ ਸਕਦਾ ਹੈ, ਸੋ ਦੈਟ ਕਾਰਗੋ ਤੇ ਕ੍ਰਿਊ ਨੂੰ ਬਹੁਤ ਆਸਾਨੀ ਨਾਲ ਟਰਾਂਸਪੋਰਟ ਕੀਤਾ ਜਾ ਸਕੇ, ਐਂਡ ਫਰੋਮ ਦ ISS ਇਨੇਬਲਿੰਗ ਗ੍ਰੇਟਰ ਸਾਇੰਟਿਫਿਕ ਰਿਸਰਚ। ਚੇਂਜ 4 ਪ੍ਰੋਜੈਕਟ, ਅਗੇਨ ਵੈਰੀ ਇੰਪੋਰਟੈਂਟ। ਇਹਨੂੰ ਵੀ ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ ਨੇ ਲਾਂਚ ਕੀਤਾ ਹੈ। ਪਹਿਲਾਂ ਤਿਆਨਵੈਨ ਸੀ, ਦੈਨ ਚੇਂਜ 4 ਪ੍ਰੋਜੈਕਟ। ਇਹ ਦੋ ਇੰਪੋਰਟੈਂਟ ਸਪੇਸ ਮਿਸ਼ਨ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਜਿਹੜੇ ਚਾਈਨਾ ਦੇ ਨੇ ਸਪੈਸੀਫਿਕਲੀ। ਲੈਂਡਿੰਗ ਡੇਟ ਹੈ 3 ਜਨਵਰੀ 2019। ਲੈਂਡਿੰਗ ਸਾਈਟ ਮੂਨ ਦੀ ਜਿਹੜੀ ਸਾਊਥ ਪੋਲ ਦੀ ਫਾਰ ਸਾਈਡ ਹੈ, ਸਭ ਤੋਂ ਦੂਰ ਵਾਲੀ ਐਟਕਿਨ ਬੇਸਿਨ, ਉੱਥੇ ਲੈਂਡ ਕੀਤਾ। ਓਬਜੈਕਟਿਵ ਦ ਪ੍ਰੋਗਰਾਮ ਏਮਸ ਟੂ ਫੈਸਿਲੀਟੇਟ ਅ ਕ੍ਰਿਊਡ ਲੂਨਰ ਲੈਂਡਿੰਗ ਇਨ 2030s ਐਂਡ ਪੋਸੀਬਲੀ ਬਿਲਡ ਕਰਨਾ ਆਊਟਪੋਸਟ ਸਾਊਥ ਪੋਲ ਦੇ ਨੇੜੇ। ਹੋਪ ਪ੍ਰੋਬ, ਵੈਰੀ ਵੈਰੀ ਇੰਪੋਰਟੈਂਟ। ਬਾਰ ਬਾਰ ਐਗਜ਼ਾਮ ਵਿੱਚ ਇਹ ਕੁਐਸਚਨ ਪਿਛਲੇ 2 ਸਾਲਾਂ ਤੋਂ ਰਿਪੀਟ ਵੀ ਹੋ ਰਿਹਾ, ਹਜੇ ਵੀ ਇਹ ਐਗਜ਼ਾਮ ਵਿੱਚ ਆ ਸਕਦਾ ਹੈ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮਿਸ਼ਨ ਹੈ। ਇੱਕ ਕੰਟਰੀ ਜਿਹਦੇ ਦੁਆਰਾ ਇਸ ਮਿਸ਼ਨ ਨੂੰ ਲਾਂਚ ਕੀਤਾ ਗਿਆ, ਦੈਟ ਇਜ਼ UAE, ਯੂਨਾਈਟਿਡ ਅਰਬ ਐਮੀਰੇਟ, ਤੇ ਪਹਿਲੀ ਅਰਬ ਦੇਸ਼ ਹੈ ਪੂਰੀ ਦੁਨੀਆ ਦਾ ਜਿਹਨੇ ਕੋਈ ਮਾਰਸ ਵਿੱਚ ਮਿਸ਼ਨ ਭੇਜਿਆ। ਲਾਂਚ ਡੇਟ July 2020। ਪ੍ਰਾਇਮਰੀ ਓਬਜੈਕਟਿਵ ਹੈ ਮਾਰਸ਼ੀਅਨ ਵੈਦਰ ਡਾਇਨਾਮਿਕਸ ਨੂੰ ਸਟੱਡੀ ਕਰਨਾ, ਤੇ ਬਾਕੀ ਜਿਹੜੇ ਦਾ ਵੇਟ ਕੀ ਹੈ, ਐਂਟੀਨਾ ਦੀ ਹਾਈਟ, ਡਾਇਮੈਂਸ਼ਨਸ ਕੀ ਨੇ, ਉਹ ਸਾਰੀਆਂ ਚੀਜ਼ਾਂ ਤੁਸੀਂ ਇਸ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਹੋਪ ਪ੍ਰੋਬ ਦੀਆਂ ਹੋਰ ਸਪੈਸੀਫਿਕੇਸ਼ਨ। ਓਸਰਿਸ ਰੈਕਸ ਮਿਸ਼ਨ। ਏਜੰਸੀ ਹੈ ਨਾਸਾ। ਲਾਂਚ ਡੇਟ ਹੈ 8 ਸਪਤੰਬਰ 2016। ਮੇਨ ਓਬਜੈਕਟਿਵ ਹੈ ਸਰਵੇ ਕਰਨਾ ਐਸਟਰੋਇਡ ਬੈਨੂ ਨੂੰ, ਉਹਦੇ ਸਰਫੇਸ ਨੂੰ, ਤੇ ਉੱਥੋਂ ਸੈਂਪਲ ਕਲੈਕਟ ਕਰਕੇ ਲੈ ਕੇ ਆਉਣੇ। ਸੋ ਇਹ ਹੈ ਮੇਨ ਏਮ ਓਸਾਇਰਿਸ ਰੈਕਸ ਮਿਸ਼ਨ ਦਾ। ਜਿਹੜਾ ਓਸਾਇਰਿਸ ਰੈਕਸ ਹੈ ਇਹ ਨਾਸਾ ਦਾ ਪਹਿਲਾ ਮਿਸ਼ਨ ਹੈ ਜਿਹੜਾ ਵਿਜ਼ਿਟ ਕਰ ਰਿਹਾ ਹੈ ਇੱਕ ਨੀਅਰ ਅਰਥ ਐਸਟਰੋਇਡ ਨੂੰ। ਸੋ ਇਹ ਵੀ ਤੁਸੀਂ ਜ਼ਰੂਰ ਯਾਦ ਰੱਖਣਾ, ਤੇ ਤੁਹਾਨੂੰ ਐਸਟਰੋਇਡ ਬੈਨੂ ਦਾ ਨਾਮ ਡੈਫੀਨੇਟਲੀ ਐਗਜ਼ਾਮ ਦੇ ਲਈ ਯਾਦ ਹੋਣਾ ਚਾਹੀਦਾ। ਹਾਇਆਬੂਸਾ। ਏਜੰਸੀ ਇਜ਼ ਜੈਕਸਾ। ਲਾਂਚ ਈਅਰ ਇਜ਼ 2014। ਓਬਜੈਕਟਿਵ ਹੈ ਐਸਟਰੋਇਡ
ਰਿਯੂਗੂ ਨੂੰ ਸਰਵੇ ਕਰਨਾ, ਉਹਦੇ ਸੈਂਪਲਸ ਕਲੈਕਟ ਕਰਨੇ। ਸੋ ਐਸਟ੍ਰੋਇਡ ਬੇਨੂ ਦੇ ਲਈ ਕਿਹੜਾ ਮਿਸ਼ਨ ਹੈ, ਐਸਟ੍ਰੋਇਡ ਰਿਯੂਗੂ ਨੂੰ ਪੜਨ ਦੇ ਲਈ ਕਿਹੜਾ ਮਿਸ਼ਨ ਹੈ, ਇਹ ਤੁਹਾਨੂੰ ਅਲੱਗ-ਅਲੱਗ ਤੋਂ ਕਲੀਅਰ ਹੋਣਾ ਚਾਹੀਦਾ। ਨਿਊ ਸ਼ੈਫਰਡ ਏਜੰਸੀ ਹੈ ਬਲੂ ਓਰਿਜਨ, ਨੇਮ ਇਹਦਾ ਪਿਆ ਨਿਊ ਸ਼ੈਫਰਡ ਦਾ, ਇੱਕ ਐਸਟ੍ਰੋਨੌਟ ਤੋਂ ਬਾਅਦ ਜਿਹੜੇ ਪਹਿਲੇ ਅਮਰੀਕਾ ਦੇ ਐਸਟ੍ਰੋਨੌਟ ਸੀ ਐਲਨ ਸ਼ੈਫਰਡ, ਜੋ ਸਪੇਸ ਵਿੱਚ ਗਏ ਸੀ। ਤੇ ਇਹਦਾ ਮੇਨ ਆਬਜੈਕਟਿਵ ਹੈ ਇੱਕ ਰਾਕਟ ਸਿਸਟਮ ਹੈ ਨਿਊ ਸ਼ੈਫਰਡ, ਜਿਹਨੂੰ ਡਿਜ਼ਾਈਨ ਕੀਤਾ ਗਿਆ ਜਿਹਦੇ ਅੰਦਰ ਐਸਟ੍ਰੋਨੌਟਸ ਨੂੰ ਸਪੇਸ ਤੱਕ ਲਿਜਾਇਆ ਜਾਏ, ਐਂਡ ਰਿਸਰਚ ਪੇਲੋਡ ਪਾਸਟ ਦਾ ਕਰਮਨ ਲਾਈਨ। ਸੋ ਕਰਮਨ ਲਾਈਨ ਤੋਂ ਅੱਗੇ ਐਸਟ੍ਰੋਨੌਟਸ ਨੂੰ ਕਿਵੇਂ ਪਹੁੰਚਾਇਆ ਜਾ ਸਕਦਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਕਵਰ ਅਪ ਕਰ ਰਿਹਾ ਇਹ ਰਾਕਟ ਸਿਸਟਮ ਨਿਊ ਸ਼ੈਫਰਡ। ਇੰਸਪੀਰੇਸ਼ਨ 4, ਅਗੇਨ ਵੈਰੀ ਵੈਰੀ ਇੰਪੋਰਟੈਂਟ ਫਾਰ ਆਲ ਐਗਜ਼ਾਮ, ਪਹਿਲਾ ਆਲ ਸਿਵਿਲੀਅਨ ਨੋਨ ਗਵਰਨਮੈਂਟਲ ਸਪੇਸ ਫਲਾਈਟ ਹੈ ਸਪੇਸ ਐਕਸ ਦੀ। ਇਹਦਾ ਆਬਜੈਕਟਿਵ ਕੀ ਹੈ, 4 ਪ੍ਰਾਈਵੇਟ ਸਿਟੀਜ਼ਨਸ ਨੂੰ ਸਪੇਸ ਵਿੱਚ ਲੈ ਕੇ ਜਾ ਰਿਹਾ ਹੈ 3 ਦਿਨਾਂ ਦੇ ਲਈ। ਵੈਰੀ ਵੈਰੀ ਇੰਪੋਰਟੈਂਟ ਜਿਹੜੀ ਜਰਨੀ ਹੈ, ਇੱਕ ਅਪੋਰਚੁਨਿਟੀ ਰਹੂਗੀ ਕਲੈਕਟ ਕਰਨ ਦੇ ਲਈ ਲਾਰਜ ਅਮਾਊਂਟ ਆਫ ਹੈਲਥ ਡੇਟਾ, ਜਿਹੜਾ ਬਾਅਦ ਵਿੱਚ ਜਿਹੜੇ ਵੀ ਕਰਿਊ ਮਿਸ਼ਨ ਹੁੰਦੇ ਨੇ ਸਪੇਸ ਤੇ, ਉਹਨਾਂ 'ਚ ਜੇ ਕਿਸੇ ਨੇ ਜਾਣਾ ਹੈ ਤਾਂ ਉੱਥੇ ਹੈਲਥ ਨੂੰ ਕਿਵੇਂ ਧਿਆਨ 'ਚ ਰੱਖ ਕੇ, ਕਿਵੇਂ ਕਰਿਊ ਜਿਹੜੇ ਕਰਿਊ ਜਾਂਦੇ ਨੇ, ਜਿਹੜੇ ਐਸਟ੍ਰੋਨੌਟਸ ਜਾਂਦੇ ਨੇ, ਉਹਨਾਂ ਦਾ ਇੱਕ ਗਰੁੱਪ ਤਿਆਰ ਕੀਤਾ ਜਾਂਦਾ ਮਿਸ਼ਨ ਦੇ ਉੱਤੇ ਸਪੇਸ ਵਿੱਚ ਭੇਜਣ ਲਈ, ਉਹਨਾਂ ਦੀ ਕੋਈ ਵੀ ਸਿਹਤ ਵਿੱਚ ਕੋਈ ਪ੍ਰੋਬਲਮ ਨਾ ਆਵੇ, ਉਹ ਸਾਰੀਆਂ ਚੀਜ਼ਾਂ ਦੇ ਲਈ ਪਹਿਲਾਂ ਤੋਂ ਕਿਵੇਂ ਪਲੈਨਿੰਗ ਕੀਤੀ ਜਾ ਸਕਦੀ ਹੈ, ਉਹ ਸਾਰਾ ਕੁਝ ਇਸ ਮਿਸ਼ਨ ਦੇ ਅੰਦਰ ਕਵਰ ਅਪ ਹੋ ਰਿਹਾ ਹੈ। ਸੋ ਬੇਸਿਕਲੀ ਸਪੇਸ ਵਿੱਚ ਜਾਣ ਦੇ ਲਈ ਹੈਲਥ ਨੂੰ ਆਪਾਂ ਕਿਵੇਂ ਸਹੀ ਰੱਖਣਾ, ਐਸਟ੍ਰੋਨੌਟਸ ਦੀ ਹੈਲਥ ਡੇਟਾ ਕਲੈਕਟ ਕਰਨ ਦੇ ਲਈ ਇਸ ਮਿਸ਼ਨ ਨੂੰ ਤਿਆਰ ਕੀਤਾ ਗਿਆ, ਤੇ ਇਹਦੇ ਅੰਦਰ 4 ਪ੍ਰਾਈਵੇਟ ਸਿਟੀਜ਼ਨ ਸਪੇਸ ਵਿੱਚ 3 ਦਿਨਾਂ ਦੇ ਲਈ ਭੇਜੇ ਗਏ। SpaceX Crew Dragon launch date 30th May 2020 agency SpaceX importance case mission di pehla ehja mission hai first time eh hoya ki jehde astronauts ne ohna ne ek space ship built kiti hoyi use kiti te ohnu kise private company ne launch kita jehda rocket hai ohda naam hai Falcon 9 thonu utthe sidha rocket da naam vi puchha ja sakda hai jinne space ship nu carry kita orbit tak ਤੇ ਇਹਨੂੰ ਵੀ SpaceX ਨੇ ਹੀ ਇਸੇ ਪ੍ਰਾਈਵੇਟ ਏਜੰਸੀ ਨੇ ਹੀ ਤਿਆਰ ਕੀਤਾ ਸੀ। ਮਿਸ਼ਨ ਨੂੰ ਨਾਮ ਦਿੱਤਾ ਗਿਆ ਡੈਮੋ 2 ਦਾ, ਇਨ ਕੀਪਿੰਗ ਵਿਦ ਦ ਫੈਕਟ ਦੈਟ ਇਟ ਵਾਸ ਓਨਲੀ ਅ ਟੈਸਟ ਫਲਾਈਟ। ਇਹ ਸਿਰਫ ਇੱਕ ਟੈਸਟ ਫਲਾਈਟ ਸੀ, ਜਿਹੜੀ ਸਕਸੈਸਫੁਲ ਜੇ ਰਹੀ ਤਾਂ ਬਾਅਦ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਿਸ਼ਨਸ ਇਸੇ ਤਰ੍ਹਾਂ ਦੇ ਲਿਆਂਦੇ ਜਾਣਗੇ। ਸੋ ਇਹ ਤੁਸੀਂ ਦੇਖ ਸਕਦੇ ਹੋ ਇਸ ਮਿਸ਼ਨ ਦਾ ਕਰਿਊ, ਉਹਨਾਂ ਦੀ ਪਿਕਚਰ ਹੈ। Next is VSS Unity Spaceship Agency's Virgin Galactic Objective hai jehdi Virgin Galactic hai ek private space tourism company hai jida main maqsad hai fly well paying tourists to space. Sirisha Bandla, an astronaut born in India, was a part of the crew. Sirisha Bandla da naam exam de layi bahut zyada important hai. ਨੈਕਸਟ ਹੈ GPS ਸੈਟੇਲਾਈਟ ਸਿਸਟਮ ਕਿਹੜੇ ਕਿਹੜੇ ਨੇ ਦੁਨੀਆ ਦੇ ਵਿੱਚ। ਇਹ ਵੈਸੇ ਇੱਕ ਰੈਂਡਮ ਇਸੇ ਟੈਕਨੋਲੋਜੀ ਸਬਜੈਕਟ ਦੇ ਨਾਲ ਰਿਲੇਟਡ ਇੱਕ ਇੰਪੋਰਟੈਂਟ ਕੁਐਸਚਨ ਹੈ ਜੋ ਤੁਹਾਨੂੰ ਐਗਜ਼ਾਮ ਵਿੱਚ ਆ ਸਕਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕਿਹੜੀਆਂ ਕੰਟਰੀਜ਼ ਦੇ ਆਪਣੇ GPS ਸਿਸਟਮ ਨੇ, ਉਹਨਾਂ ਦੇ ਨਾਮ ਕੀ ਨੇ। ਸੋ ਪਹਿਲਾ ਹੈ ਯੂਨਾਈਟਿਡ ਸਟੇਟਸ ਦਾ, ਇਹਦਾ ਨਾਮ ਹੈ ਗਲੋਬਲ ਪੋਸਟ GPS। ਦੈਨ ਜਪਾਨ, ਕੁਆਜ਼ੀ ਜ਼ੀਨਿਥ ਸੈਟੇਲਾਈਟ ਸਿਸਟਮ। ਰਸ਼ੀਆ, ਗਲੋਨੈਸ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ। ਕਾਫੀ ਵਾਰੀ ਐਗਜ਼ਾਮ ਵਿੱਚ ਮੈਚ ਦੀ ਫਾਲੋਇੰਗ ਦੀ ਟਾਈਪ ਵਿੱਚ ਆਉਂਦਾ, ਸੋ ਇਸ ਲਈ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਚਾਈਨਾ ਦਾ ਹੈ ਬੀਡੂ ਨੇਵੀਗੇਸ਼ਨ ਸੈਟੇਲਾਈਟ ਸਿਸਟਮ। ਯੂਰੋਪੀਅਨ ਯੂਨੀਅਨ ਦਾ ਗੈਲੀਲੀਓ। ਇੰਡੀਆ ਦਾ ਗਗਨ ਜੀਓ ਆਗਮੈਂਟਡ ਨੇਵੀਗੇਸ਼ਨ ਸਿਸਟਮ। ਸੋ ਇਹ ਸਾਰੇ 6 ਦੇ 6 ਸਿਸਟਮ ਤੁਹਾਨੂੰ ਐਗਜ਼ਾਮ ਦੇ ਲਈ ਜ਼ਰੂਰ ਪਤਾ ਹੋਣੇ ਚਾਹੀਦੇ ਆ। ਨੈਕਸਟ ਹੈ ਇਸਰੋ ਦੀਆਂ ਸਾਲ 2021 ਦੀਆਂ ਮੇਜਰ ਅਚੀਵਮੈਂਟ। ਸਭ ਤੋਂ ਪਹਿਲੀ ਰਹੀ ਹੈ PSLV C-51, ਜਿਹਨੂੰ ਦੂਜਾ ਨਾਮ ਦਿੱਤਾ ਗਿਆ ਐਮਾਜ਼ੋਨੀਆ 1। ਇਸਰੋ ਨੇ ਇਹ ਜਿਹੜੀ ਪੋਲਰ ਸੈਟੇਲਾਈਟ ਲਾਂਚ ਵਹੀਕਲ ਸੀ, ਇਹਨੂੰ ਸਕਸੈਸਫੁਲੀ ਲਾਂਚ ਕੀਤਾ 28 ਫਰਵਰੀ 2021 ਨੂੰ, ਤੇ ਇਹਦੇ ਵਿੱਚ ਮੇਨ ਪੇਲੋਡ ਸੀ INPEs ਦਾ ਐਮਾਜ਼ੋਨੀਆ 1 ਬ੍ਰਾਜ਼ੀਲ ਤੋਂ, ਤੇ 18 ਹੋਰ ਰਾਈਟ ਸ਼ੇਅਰਿੰਗ ਸਮਾਲ ਸੈਟੇਲਾਈਟ ਸੀ। ਜਿਹੜਾ ਲਿਫਟ ਆਫ ਕੀਤਾ ਗਿਆ PSLV C-51, ਉਹ ਸੀ ਲਾਂਚ ਪੈਡ ਸੀ ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀ ਹਰੀਕੋਟ। ਐਮਾਜ਼ੋਨੀਆ 1 ਵਾਸ ਇੰਜੈਕਟਿਡ ਇਨਟੂ ਇਟਸ ਇੰਟੈਂਡਡ ਆਰਬਿਟ ਆਫਟਰ ਅ ਫਲਾਈਟ ਆਫ ਅਬਾਊਟ 17 ਮਿਨਟਸ 23 ਸੈਕਿੰਡਸ। ਉਸ ਤੋਂ ਬਾਅਦ ਬਾਕੀ ਸੀਕੁਐਂਸ ਵਾਈਜ਼ ਜਿੰਨੀਆਂ ਹੋਰ 18 ਕੋ ਪੈਸੇਂਜਰ ਸੈਟੇਲਾਈਟ ਸੀਗੀਆਂ, ਉਹਨਾਂ ਨੂੰ ਸੈਪਰੇਟਲੀ ਸੀਕੁਐਂਸ ਵਾਈਜ਼
ਲਾਂਚ ਕੀਤਾ ਗਿਆ। ਸੋ ਜਿਹੜੀ PSLV C51 ਐਮਾਜ਼ੋਨੀਆ 1 ਸੀ, ਇਹ ਪਹਿਲੀ ਡੈਡੀਕੇਟਿਡ ਕਮਰਸ਼ੀਅਲ ਮਿਸ਼ਨ ਸੀ ਨਿਊ ਸਪੇਸ ਇੰਡੀਆ ਲਿਮਿਟਿਡ ਦੀ, ਜੋ ਡਿਪਾਰਟਮੈਂਟ ਆਫ ਸਪੇਸ ਦੀ ਇੱਕ ਸਰਕਾਰੀ ਕੰਪਨੀ ਹੈ ਭਾਰਤ ਦੀ। ਸੋ ਇਹ ਫੈਕਟ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਦੂਜਾ ਹੈ ਇੰਡੀਅਨ ਸਟੂਡੈਂਟ ਸੈਟੇਲਾਈਟ ਯੂਨਿਟੀ ਸੈਟ ਐਂਡ ਸਤੀਸ਼ ਧਵਨ ਸੈਟ SD ਸੈਟ। PSLV C51 ਲਾਂਚ ਵਹੀਕਲ ਸਕਸੈਸਫੁਲੀ ਲਾਂਚ, ਉਹਨੂੰ ਸਕਸੈਸਫੁਲੀ ਲਾਂਚ ਕਰਤਾ, ਤੇ ਉਹਨੇ ਹੀ ਉਸੇ ਲਾਂਚ ਵਹੀਕਲ ਨੇ ਜਿਹੜੀਆਂ ਦੋ ਇੰਪੋਰਟੈਂਟ ਸੈਟੇਲਾਈਟਸ ਇੰਡੀਅਨ ਸਟੂਡੈਂਟ ਸੈਟੇਲਾਈਟ ਤੇ ਸਤੀਸ਼ ਧਵਨ ਸੈਟ, ਇਹਨਾਂ ਨੂੰ ਵੀ ਨਾਲ ਹੀ ਲਾਂਚ ਕੀਤਾ ਸੀ। ਸੋ ਇਹ ਦੋ ਇੰਪੋਰਟੈਂਟ ਸੈਟੇਲਾਈਟਸ ਜੋ PSLV C51 ਐਮਾਜ਼ੋਨੀਆ ਦੇ ਨਾਲ ਲਾਂਚ ਹੋਈਆਂ ਸੀ, ਇਹਨਾਂ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਯੂਨਿਟੀ ਸੈਟ ਨੂੰ ਡਿਵੈਲਪ ਕੀਤਾ ਸੀ ਜੈਪੀਅਰ ਇੰਸਟੀਚਿਊਟ ਆਫ ਟੈਕਨੋਲੋਜੀ ਤੇ ਸ਼੍ਰੀ ਪਰਮਿੰਦਰ GH ਰਾਇਸੋਨੀ ਕਾਲਜ ਆਫ ਇੰਜੀਨੀਅਰਿੰਗ ਨਾਗਪੁਰ, ਸ਼੍ਰੀ ਸ਼ਕਤੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਕੋਇੰਬਤੌਰ ਨੇ, ਤੇ ਜਿਹੜੀ ਸਤੀਸ਼ ਧਵਨ ਸੈਟੇਲਾਈਟ ਸੀ ਉਹਨੂੰ ਬਿਲਡ ਕੀਤਾ ਸੀ ਸਪੇਸ ਕਿਡਸ ਇੰਡੀਆ ਨੇ। ਸੋ ਇਹ ਦੋ ਇੰਪੋਰਟੈਂਟ ਸੈਟੇਲਾਈਟਸ ਜੋ PSLV C51 ਦੇ ਨਾਲ ਹੀ 28 ਫਰਵਰੀ 2021 ਨੂੰ ਸ਼੍ਰੀ ਹਰੀਕੋਟ ਤੋਂ ਲਾਂਚ ਹੋਈਆਂ ਸੀ, ਇਹਨਾਂ ਦੇ ਨਾਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਹੈ GSLV F10 GSAT-1 ਰੀਨੇਮ, ਇਹਨੂੰ ਦੁਬਾਰਾ ਤੋਂ ਰੀਨੇਮ ਕੀਤਾ ਗਿਆ, ਨਾਮ ਰੱਖਿਆ ਗਿਆ EOS-3। ਇਹ ਮਿਸ਼ਨ ਫੇਲ ਰਿਹਾ, ਦਿਸ ਵਾਜ ਅ ਫੇਲਡ ਮਿਸ਼ਨ। ਸੋ ਇਹਦੇ ਬਾਕੀ ਸਾਰੇ ਇੰਪੋਰਟੈਂਟ ਫੈਕਟਸ ਨੇ, ਇਹ ਤੁਸੀਂ ਉਰੇ ਪੜ੍ਹ ਸਕਦੇ ਹੋ। ਸੋ ਅਪਕਮਿੰਗ ਪਲਾਨਸ ਦੇ ਵਿੱਚ ਇਸਰੋ ਦੇ ਨੰਬਰ 1 ਤੇ ਹੈ ਚੰਦਰਯਾਨ 2 ਮਿਸ਼ਨ ਦਾ, ਅੱਗੇ ਚੰਦਰਯਾਨ 3। ਸੋ ਸਕਸੈਸਰ ਰਹੂਗਾ ਚੰਦਰਯਾਨ 2 ਮਿਸ਼ਨ ਦਾ ਚੰਦਰਯਾਨ 3, ਤੇ ਟੋਟਲ ਕਾਸਟ ਰਹੂਗੀ ਜਿਹੜੀ ਉਹ ਰਹੂਗੀ ਅਰਾਊਂਡ 600 ਕਰੋੜ। ਉਸ ਤੋਂ ਬਾਅਦ ਰਡਾਰ ਇਮੇਜਿੰਗ ਸੈਟੇਲਾਈਟ RESAT-1A ਪਹਿਲਾ ਫੇਲਡ ਮਿਸ਼ਨ ਰਿਹਾ EOS-3। ਸੋ ਹੁਣ EOS-4 ਨੂੰ ਲਾਂਚ ਕਰੂਗੀ ਇਸਰੋ ਅਰਾਊਂਡ January 6, 2022। ਦੈਨ ਗਗਨਯਾਨ ਇੰਡੀਆ ਦਾ ਪਹਿਲਾ ਹਿਊਮਨ ਸਪੇਸ ਫਲਾਈਟ ਮਿਸ਼ਨ ਜਿਹੜਾ ਐਕਸਪੈਕਟਡ ਹੈ ਕਿ ਸਾਲ 2023 ਤੱਕ ਲਾਂਚ ਕਰ ਦਿੱਤਾ ਜਾਊਗਾ, ਤੇ ਜਿਹੜਾ ਸਪੇਸ ਕਰਾਫਟ ਹੈ ਉਹਨੂੰ ਜੁਆਇੰਟਲੀ ਤਿਆਰ ਕੀਤਾ ਹੈ ਇਸਰੋ ਤੇ ਹਿੰਦੁਸਤਾਨ ਐਰੋਨੋਟਿਕ ਲਿਮਿਟਿਡ ਨੇ। ਸੋ ਇਹ ਕੁਝ ਇੰਪੋਰਟੈਂਟ 3-4 ਅਪਕਮਿੰਗ ਪਲਾਨਸ ਨੇ ਇਸਰੋ ਦੇ। ਸੋ ਲਾਸਟ ਵਿੱਚ ਹੁਣ ਆਪਾਂ ਦੇਖਾਂਗੇ ਕੁਝ ਇੰਪੋਰਟੈਂਟ ਸਪੇਸ ਰਿਸਰਚ ਸੈਂਟਰਸ ਇੰਡੀਆ ਦੇ ਕਿੱਥੇ ਕਿੱਥੇ ਨੇ। ਪਹਿਲਾ ਹੈ ਇਸਰੋ, ਸਭ ਤੋਂ ਇੰਪੋਰਟੈਂਟ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ, ਇਹ ਹੈ ਬੈਂਗਲੁਰੂ। ਦੈਨ ਥੰਬਾ ਇਕੁਟੋਰੀਅਲ ਰਾਕਟ ਲਾਂਚਿੰਗ ਸਟੇਸ਼ਨ ਥੰਬਾ ਕੇਰਲਾ, ਸਪੇਸ ਕਮਿਸ਼ਨ ਬੈਂਗਲੁਰੂ, ਡਿਪਾਰਟਮੈਂਟ ਆਫ ਸਪੇਸ ਬੈਂਗਲੋਰ, ਦੈਨ ਇਸਰੋ ਸੈਟੇਲਾਈਟ ਸੈਂਟਰ ਵੀ ਬੈਂਗਲੋਰ, ਫਿਜ਼ੀਕਲ ਰਿਸਰਚ ਲੈਬੋਰੇਟਰੀ ਅਹਿਮਦਾਬਾਦ, ਨੈਸ਼ਨਲ ਸੈਂਟਰ ਆਫ ਅਰਥ ਸਾਇੰਸ ਸਟੱਡੀ ਥਿਰੁਵਨੰਤਪੁਰਮ ਕੇਰਲਾ, ਦੈਨ ਅਹਿਮਦਾਬਾਦ ਵਿੱਚ ਹੀ ਹੈ ਕਾਲਜ ਆਫ ਸੈਟੇਲਾਈਟ ਕਮਿਊਨੀਕੇਸ਼ਨ ਟੈਕਨੋਲੋਜੀ, ਰੇਡੀਓ ਐਸਟ੍ਰੋਨੋਮੀ ਸੈਂਟਰ ਵੈਰੀ ਵੈਰੀ ਇੰਪੋਰਟੈਂਟ ਉਦਗ ਮੰਡਲਮ ਊਟੀ, ਦੈਨ ਅੰਤਰਿਕਸ਼ ਕਾਰਪੋਰੇਸ਼ਨ ਲਿਮਿਟਿਡ ਬੈਂਗਲੋਰ, ਸਤੀਸ਼ ਧਵਨ ਸਪੇਸ ਸੈਂਟਰ ਵੈਰੀ ਵੈਰੀ ਇੰਪੋਰਟੈਂਟ ਸ਼੍ਰੀ ਹਰੀਕੋਟ। ਬਾਰ ਬਾਰ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਇੱਕ ਸਤੀਸ਼ ਧਵਨ, ਦੂਜਾ ਵਿਕਰਮ ਸਾਰਾਬਾਈ। ਸੋ ਵਿਕਰਮ ਸਾਰਾਬਾਈ ਸਪੇਸ ਸੈਂਟਰ ਹੈ ਥਿਰੁਵਨੰਤਪੁਰਮ, ਸਪੇਸ ਐਪਲੀਕੇਸ਼ਨ ਸੈਂਟਰ ਅਹਿਮਦਾਬਾਦ, ਤੇ ਲਾਸਟ ਵਿੱਚ ਸੈਕਿੰਡ ਸੈਟੇਲਾਈਟ ਲਾਂਚ ਪੋਰਟ ਪਲਾਨ ਥੁਤੁਕੁੜੀ ਤਮਿਲਨਾਡੂ। ਸੋ ਦਿਸ ਵਾਸ ਆਲ ਅਬਾਊਟ ਅ ਟੂਡੇਜ਼ ਇੰਪੋਰਟੈਂਟ ਲੈਕਚਰ ਔਨ ਸਪੇਸ ਮਿਸ਼ਨਸ, ਫਿਊ ਇੰਪੋਰਟੈਂਟ ਅਚੀਵਮੈਂਟਸ ਆਫ ਇਸਰੋ, ਦੈਨ ਵੀ ਟਾਕਡ ਅਬਾਊਟ ਦੀ ਸਪੇਸ ਰਿਸਰਚ ਸੈਂਟਰਸ। ਆਈ ਹੋਪ ਯੂ ਲਾਈਕ ਦ ਵੀਡੀਓ, ਕੀਪ ਸਪੋਰਟਿੰਗ ਵਿਕਟਰਸ ਨੌਲੇਜ, ਥੈਂਕ ਯੂ ਐਂਡ ਗੁੱਡ ਲੱਕ।